ਅੱਜ ਦੀ ਵੀਡੀਓ ਦਾ ਥੰਬਨੇਲ ਬੱਚੇ ਤੁਸੀਂ ਦੇਖ ਲਿਆ ਆਈਆਰਸੀਸੀ ਗੌਨ ਕ੍ਰੇਜ਼ ਅੰਬੈਸੀ ਦੀ ਮਿਸਟੇਕ ਕਰਕੇ ਸਟੂਡੈਂਟਸ ਨੂੰ ਭੁਗਤਣਾ ਪਿਆ ਯੂਨੀਕ ਕਲਾਇੰਟ ਆਈਡੈਂਟੀਫਾਇਰ ਇੱਕ ਕਲਾਇੰਟ ਆਈਡੈਂਟੀਫਿਕੇਸ਼ਨ ਹੁੰਦੀ ਹੈ ਜਿਹੜੀ ਥਰੂ ਆਊਟ ਯੂਅਰ ਲਾਈਫ ਰੈਲੀਵੈਂਟ ਕੋਰਸਿਸ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਵੀਜ਼ਾ ਤਾਂ ਬਹੁਤ ਦੂਰ ਦੀ ਗੱਲ ਤੁਹਾਡਾ ਰਿਫਿਊਜ਼ਲ 'ਚ ਰੀਜ਼ਨ ਕੀ ਆਇਆ ਕਿ ਤੁਹਾਡਾ ਕੋਰਸ ਨੋਟ ਰੈਲੀਵੈਂਟ ਮੈਸੇਜ ਵਗੈਰਾ ਕਰ ਕਾਲ ਵਗੈਰਾ ਕਰਦੇ ਹੋ ਸਰ ਕੀ ਕਰੀਏ ਸਿਰਫ ਇੱਕੇ ਸ਼ਬਦ ਆ ਉਹਨਾਂ ਲਈ ਜੋ ਚੀਜ਼ ਸਹੀ ਹੈ ਉਸੇ 'ਤੇ ਹੀ ਮੋਟੀਵੇਸ਼ਨ ਚੰਗੀ ਲੱਗਦੀ ਹੈ ਇਹ ਚੀਜ਼ਾਂ ਗਲਤ ਨੇ ਇਸ 'ਤੇ ਮੈਂ ਮੋਟੀਵੇਸ਼ਨ ਤੁਹਾਨੂੰ ਨਹੀਂ ਦੇ ਸਕਦਾ ਤੁਹਾਡੀ ਇਸ 'ਚ ਮਿਸਟੇਕ ਨਹੀਂ ਹੋ ਸਕਦੀ ਮਿਸਟੇਕ ਹੈਗੀ ਅੰਬੈਸੀ ਦੀ 100% ਅੰਬੈਸੀ ਦੀ ਮਿਸਟੇਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਗੇ ਤੰਦਰੁਸਤ ਹੋਗੇ ਅਤੇ ਬਹੁਤ ਜ਼ਿਆਦਾ ਖੁਸ਼ ਹੋਗੇ ਸੋ ਅੱਜ ਦੀ ਵੀਡੀਓ ਦਾ ਥੰਬਨੇਲ ਬੱਚੇ ਤੁਸੀਂ ਦੇਖ ਲਿਆ ਆਈਆਰਸੀਸੀ ਗੌਨ ਕ੍ਰੇਜ਼ ਸੋ ਕੀ ਰੀਜ਼ਨ ਹੈ ਦੇਖੋ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤ ਬੱਚਿਆਂ ਦੀ ਪ੍ਰੋਫਾਈਲ ਸਹੀ ਪ੍ਰੋਫਾਈਲਸ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਦੋ ਤਿੰਨ ਤਿੰਨ ਵਾਰੀ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ ਇੱਕ ਚੰਗੀ ਪ੍ਰੋਫਾਈਲ ਨੂੰ 80-90% ਵਾਲੀ ਸਟੂਡੈਂਟਸ ਗੱਲ ਕਰਦੇ ਨੇ ਉਹੀ ਬਿਹਾਫ 'ਤੇ ਤੁਹਾਨੂੰ ਮੈਂ ਦੱਸ ਰਿਹਾ ਜੋ ਕਮੈਂਟਸ ਕਰਦੇ ਨੇ ਉਹਨਾਂ 'ਤੇ ਵੀ ਇੱਕ ਚੀਜ਼ ਐਪਲੀਕੇਸ਼ਨ ਨੰਬਰ ਚੇਂਜ ਹੋ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੈ ਇੱਕ ਮੇਨ ਚੀਜ਼ UCI ਉਹ ਵੀ ਨੰਬਰ ਚੇਂਜ ਹੁੰਦਾ ਰਿਹਾ ਪਿਛਲੇ 3-4 ਮਹੀਨੇ ਤੋਂ ਬਹੁਤ ਸਟੂਡੈਂਟਸ ਪੁੱਛ ਰਹੇ ਨੇ ਵੀ ਸਰ 4-5 ਵਾਰੀ ਵੈਬ ਫਾਰਮ ਰੇਜ਼ ਕਰ ਦਿੱਤਾ ਕੀ ਕਰੀਏ ਕੀ ਕਰੀਏ ਯੂਨੀਕ ਕਲਾਇੰਟ ਆਈਡੈਂਟੀਫਾਇਰ ਇੱਕ ਕਲਾਇੰਟ ਆਈਡੈਂਟੀਫਿਕੇਸ਼ਨ ਹੁੰਦੀ ਹੈ ਜਿਹੜੀ ਥਰੂ ਆਊਟ ਯੂਅਰ ਲਾਈਫ ਸੇਮ ਹੀ ਰਹਿੰਦੀ ਹੈ ਕਦੇ ਚੇਂਜ ਨਹੀਂ ਹੁੰਦੀ ਬਟ ਫਿਰ ਵੀ ਅੰਬੈਸੀ ਦੀ ਮਿਸਟੇਕ ਕਰਕੇ ਸਟੂਡੈਂਟਸ ਨੂੰ ਭੁਗਤਣਾ ਪਿਆ ਠੀਕ ਹੈ 70+% ਨੇ ਕੋਰ ਸਬਜੈਕਟਸ ਨੂੰ ਅੱਛੇ ਪਰਸੈਂਟੇਜ ਹੈ ਫਰੈਸ਼ ਫਾਈਲ ਨੋ ਗੈਪ 21 ਪਾਸ ਆਊਟ ਜਾਂ 22 ਰੀਸੈਂਟ ਪਾਸ ਆਊਟਸ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਆਖੇ ਰਿਜ਼ਲਟ ਛੇਤੀ ਦੇਣੇ ਨੇ ਬੈਕਲੋਗ 'ਤੇ ਕੋਈ ਕੰਮ ਨਹੀਂ ਹੋਇਆ ਇਫੈਕਟਿਵ ਨਹੀਂ ਹੋਇਆ ਹੋਇਆ ਕਦੇ ਟਾਵਾਂ ਟਾਵਾਂ ਕਿਸੇ ਕੇਸਿਸ ਨਿਕਲ ਗਏ ਨਾ ਨਿਕਲ ਗਏ ਨਹੀਂ ਕੋਈ ਉਸ ਚੀਜ਼ ਦਾ ਫਾਇਦਾ ਨਹੀਂ ਹੋ ਰਿਹਾ ਜੋ ਐਕਸਪੈਕਟਡ ਸੀਗਾ ਕਿ ਬਹੁਤ ਵਧੀਆ ਕੰਮ ਹੋਊਗਾ ਬੈਕਲੋਗ 'ਤੇ ਦੇਖੋ ਫਿਰ ਵੀ ਅਸੀਂ ਤਾਂ ਇਹੀ ਚੀਜ਼ ਕਹਿੰਦੇ ਹਾਂ ਕਿ ਉਮੀਦ ਹੈ ਉਮੀਦ ਤੋਂ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ ਕਿ ਚਲੋ ਅੰਬੈਸੀ ਵਧੀਆ ਕੰਮ ਕਰੇ ਜਲਦੀ ਕੰਮ ਕਰੇ ਉਹਨਾਂ ਦਾ ਕੰਮ ਉਹਨਾਂ ਨੂੰ ਪਤਾ ਇਸ 'ਚ ਆਪਾਂ ਕੁਛ ਨਹੀਂ ਕਹਿ ਸਕਦੇ ਬਟ ਆਪਾਂ ਇੱਥੇ ਇੱਕ ਜਿਹੜਾ ਸਟ੍ਰੈਸ ਦਾ ਮਾਹੌਲ ਬਣਿਆ ਹੋਇਆ ਉਸਦਾ ਕੀ ਕਰ ਸਕਦੇ ਹਾਂ ਆਪਾਂ ਕੋਰਸ ਰੈਲੀਵੈਂਟ ਬਹੁਤ ਸਟੂਡੈਂਟਸ ਦੀ ਪ੍ਰੋਫਾਈਲ ਕੋਰਸ ਰੈਲੀਵੈਂਟ ਹੀ ਹੁੰਦਾ ਮੈਡੀਕਲ ਤੋਂ ਬਾਅਦ ਮੈਡੀਕਲ ਫੀਲਡ 'ਚ ਕਮਰਸ ਤੋਂ ਬਾਅਦ ਕਮਰਸ ਦੇ ਰਿਲੇਟਡ ਬਿਜ਼ਨਸ ਦੇ ਰਿਲੇਟਡ ਨੋਰਮਲ ਜੋ ਆਰਟਸ ਰਿਲੇਟਡ ਕੋਰਸਿਸ ਨੇ ਸੋਸ਼ੋਲੋਜੀ ਦਾ ਅਗਰ ਕੋਰਸ ਹੈ ਤਾਂ ਕਮਿਊਨਿਟੀ ਸਰਵਿਸਿਜ ਕੋਰਸਿਸ ਮਤਲਬ ਰੈਲੀਵੈਂਟ ਕੋਰਸਿਸ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਵੀਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ ਰਿਫਿਊਜ਼ਲ 'ਚ ਨੋਟ ਲੀਵ ਕੈਨੇਡਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਆਇਆ 70+% ਲੋਡ ਨਹੀਂ ਹੁੰਦੀ ਕੇਪਸ ਨੋਟ ਦੀ ਬਟ ਰਿਫਿਊਜ਼ਲ 'ਚ ਰੀਜ਼ਨ ਕੀ ਆਇਆ ਕਿ ਤੁਹਾਡਾ ਕੋਰਸ ਨੋਟ ਰੈਲੀਵੈਂਟ ਕਿੱਦਾਂ ਅੱਜ 3-4 ਦਿਨ ਪਹਿਲੇ ਇੱਕ ਕੇਸ ਹੈ 95% ਬੱਚੇ ਦੇ ਮਾਰਕਸ 21 ਪਾਸ ਆਊਟ ਗੈਪ ਏ ਨਹੀਂ ਜਸਟੀਫਾਈਏਬਲ ਹੈ ਸਾਲ ਦਾ ਹੈ ਨਾ 4-5 ਮਹੀਨੇ ਦੀ ਵੇਟ ਤੋਂ ਬਾਅਦ ਬੱਚੇ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਮੈਡੀਕਲ ਫੀਲਡ ਦਾ ਬੱਚਾ ਮੈਡੀਕਲ ਰਿਲੇਟਡ ਹੀ ਕੋਰਸ ਚੱਲ ਰਿਹਾ 7.5 ਓਵਰਆਲ ਬੈਂਡ ਸਕੋਰ ਟੋਪ 10 ਕਾਲਜ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਉਸ 'ਚ ਬੱਚਾ ਜਾ ਰਿਹਾ ਸੀਗਾ ਟੋਰੋਂਟੋ ਅਤੇ ਬੈਸਟ ਕਾਲਜ ਜਿੱਥੇ ਬੱਚਿਆਂ ਦਾ ਸੁਪਨਾ ਹੁੰਦਾ ਵੀ ਉੱਥੇ ਜਾਣ ਦਾ ਉਸ ਕਾਲਜ ਜਾ ਰਿਹਾ ਸੀ ਉੱਥੋਂ ਵੀ ਬੱਚੇ ਦਾ ਅੰਬੈਸੀ ਵੱਲੋਂ ਰਿਫਿਊਜ਼ ਹੋਇਆ ਉਹ ਕਹਿੰਦੇ ਕੇਪਸ ਨੋਟ ਅਪਲਾ ਲਈਏ ਇੱਦਾਂ ਦੇ ਫਾਈਲਸ ਕੇਪਸ ਨੋਟ ਅਪਲਾਈ ਨਾ ਕਰੋ ਤੁਹਾਨੂੰ ਪਤਾ ਕਿ ਤੁਹਾਡੀ ਕੋਈ ਮਿਸਟੇਕ ਨਹੀਂ ਹੈਗੀ ਅੰਬੈਸੀ ਦੀ ਮਿਸਟੇਕ ਆ ਤੁਸੀਂ ਕੇਪਸ ਨੋਟ ਦੇ ਕਿਉਂ ਪੈਸਾ ਖਰਚ ਕਰੋਗੇ ਇਸ 'ਚ ਆਪਾਂ ਕੀ ਕਰ ਸਕਦੇ ਆਪਾਂ ਸਿਰਫ ਸਹਿਣ ਹੀ ਕਰ ਸਕਦੇ ਹਾਂ ਸਹਿਣ ਕਰਨ ਤੋਂ ਬਿਨਾਂ ਬੱਚੋ ਆਪਾਂ ਕੁਛ ਨਹੀਂ ਕਰ ਸਕਦੇ ਹੈਗੇ ਚਾਹੇ ਤੁਸੀਂ ਸਟੂਡੈਂਟ ਏਜੰਟਸ ਨੂੰ ਪੁੱਛਦੇ ਨੇ ਮੈਨੂੰ ਮੈਸੇਜ ਵਗੈਰਾ ਕਰਦੇ ਨੇ ਕਾਲ ਵਗੈਰਾ ਕਰਦੇ ਵੀ ਸਰ ਕੀ ਕਰੀਏ ਸਿਰਫ ਇੱਕੇ ਸ਼ਬਦ ਆ ਉਹਨਾਂ ਲਈ ਵੇਟ ਸਿਰਫ ਵੇਟ ਆਪਾਂ ਕਹਿ ਦਿੰਦੇ ਹਾਂ ਮਾਈ ਬਾਪ ਆਪਣੀ ਅੰਬੈਸੀ ਹੈ ਉਹ ਜੋ ਕਰੇ ਜੀ ਸਦਕੇ ਕਰੇ ਉਹ ਨਾ ਆਪਣੇ ਕਹਿਣ ਨਾ ਕਹਿਣ ਨਾਲ ਕੋਈ ਚੀਜ਼ ਫਰਕ ਨਹੀਂ ਪੈਂਦਾ ਹੈਗਾ ਜਿੰਨੇ ਮਰਜ਼ੀ ਵੈਬ ਫਾਰਮ ਰੇਜ਼ ਕਰੀ ਜਾਈ ਚੱਕੇ ਨਾ ਚੱਕੇ ਅਪਡੇਟ ਕਰੇ ਨਾ ਕਰੇ ਮੈਡੀਕਲ ਅਪਡੇਟ ਹੋ ਗਿਆ ਉਹਨਾਂ ਦੀ ਮਨ ਮਰਜ਼ੀ ਦੇ ਮਾਲਕ ਨੇ ਕਿਸ ਤਰੀਕੇ ਨਾਲ ਉਹ ਕੰਮ ਕਰਦੇ ਨੇ ਵਧੀਆ ਪ੍ਰੋਫਾਈਲਸ ਨੂੰ ਸ਼ਨੂਕ ਸੋਫਟਵੇਅਰ ਦੇ ਥਰੂ ਰਿਜੈਕਟਡ ਕਰ ਦਿਓ ਵੀ ਜਿਹਦਾ ਪੈਸਾ ਲੱਗੇ ਉਹਨਾਂ ਦਾ ਪੈਸਾ ਕੋਈ ਮਾਇਨੇ ਨਹੀਂ ਰੱਖਦਾ ਉਹਨਾਂ ਨੇ ਕੋਈ ਠੇਕਾ ਵੀ ਨਹੀਂ ਲੈ ਕੇ ਤੁਹਾਡੇ ਪੈਸੇ ਦਾ ਕੀ ਵਿਆਜ ਚੱਕ ਰਹੇ ਹੋ ਕੀ ਤੁਹਾਡੇ ਮਾਂ ਬਾਪ ਦੀ ਪ੍ਰੋਬਲਮ ਹੈ ਪੇਰੈਂਟਸ ਕੋਈ ਪ੍ਰੋਬਲਮ ਹੈ ਬਹੁਤ ਵੱਡੀ ਜਿਸ ਕਰਕੇ ਤੁਸੀਂ ਜਾ ਰਹੇ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਨੇ ਸਿਰਫ ਇਹ ਦੇਖਣਾ ਵੀ ਕਿੰਨੀਆਂ ਫਾਈਲਾਂ ਕਿੰਨੇ ਵੀਜ਼ੇ ਦਈਏ ਆਪਾਂ ਫਿਰ ਆਸ ਲੈ ਕੇ ਤੁਸੀਂ ਜਿਹੜੇ ਬੱਚੇ ਹੁਣ ਵੀ ਵੀਡੀਓ ਦੇਖ ਰਹੇ ਨੇ ਇਹ ਵੀ ਬੱਚੇ ਬਹੁਤ ਇੱਕ ਐਕਸਪੈਕਟੇਸ਼ਨ ਜੀ ਰੱਖਦੇ ਨੇ ਹੋਰ ਵੀ ਬਹੁਤ ਵੀਡੀਓਜ਼ ਪਾਉਂਦੇ ਨੇ ਯੂਟਿਊਬ 'ਤੇ ਸਾਰੇ ਹੀ ਇੱਕ ਉਮੀਦ ਕਰਕੇ ਹੀ ਤੁਸੀਂ ਵੀਡੀਓਜ਼ ਦੇਖਦੇ ਹੋ ਬੱਚੋ ਸਾਰਿਆਂ ਦੀ ਹੈ ਨਾ ਵੀ ਯਾਰ ਇੱਥੋਂ ਕੁਛ ਚੀਜ਼ ਪਤਾ ਲੱਗ ਜਾਵੇ ਇੱਥੋਂ ਕੁਛ ਚੀਜ਼ ਪਤਾ ਲੱਗ ਜਾਵੇ ਜਿੱਦਾਂ ਅਪਡੇਟ ਹੁੰਦਾ ਅਸੀਂ ਸਾਰੇ ਜਣੇ ਤੁਹਾਨੂੰ ਇਹੀ ਹੈ ਵੀ ਤੁਹਾਨੂੰ ਮੋਟੀਵੇਟ ਕਰਦੇ ਰਹੀਏ ਮੈਂ ਜਿੰਨਾ ਟਾਈਮ ਹੈਗਾ ਮੈਂ ਮੋਟੀਵੇਟ ਕਰਦਾ ਰਹੂੰਗਾ ਬਟ ਜੋ ਚੀਜ਼ ਸਹੀ ਹੈ ਉਸੇ 'ਤੇ ਹੀ ਮੋਟੀਵੇਸ਼ਨ ਚੰਗੀ ਲੱਗਦੀ ਹੈ ਇਹ ਚੀਜ਼ਾਂ ਗਲਤ ਨੇ ਇਸ 'ਤੇ ਮੈਂ ਮੋਟੀਵੇਸ਼ਨ ਤੁਹਾਨੂੰ ਨਹੀਂ ਦੇ ਸਕਦਾ ਮੈਂ ਤੁਹਾਨੂੰ ਕਿੱਦਾਂ ਕਹਿੰਦਾ ਕਿ ਹਾਂਜੀ ਅੰਬੈਸੀ ਚਲੋ ਹੋ ਗਿਆ ਹੋਣਾ ਜੀ ਨਹੀਂ ਇਹ ਬਹੁਤ ਵੱਡਾ ਅੰਬੈਸੀ ਵੱਲੋਂ ਬਲੰਡਰ ਹੋਇਆ ਬਹੁਤ ਵੱਡਾ ਬਲੰਡਰ ਕੀਤਾ ਅੰਬੈਸੀ ਨੇ ਕਰ ਕੁਛ ਨਹੀਂ ਸਕਦੇ ਸਹਿ ਨਹੀਂ ਕਰ ਸਕਦਾ ਵੈਬ ਫਾਰਮ ਰੇਜ਼ ਕਰੋ 4-4 ਰੁਪਏ 5-5 ਮਹੀਨੇ ਹੋਰ ਟਪਾਓ
यही कर सकते हैं। बट एक गल है भी तुसी हौसला ही तुहानू रखना पैना बच्चे, हौसले तो बिना तुसी कुछ नहीं कर सकते। ये तुहाडी वाहिगुरु सब नू दिंदा, मैं हरेक वीडियो यही डिस्कस करदा। बहुत बच्चों मैं भी कदे कदे कह के ना यह हुंदा वी यार भी हौसला रखो हौसला रखो, खुद का भी हौसला बहुत टुट जाता बट कदे हौसला छड्डिया नहीं। परिवार ते अपने माँ बाप ते भरोसा रखे ते वाहिगुरु ते, तुसी भी उदां ही करो, स्ट्रैस ना लो, जिन्ना टाइम मैसेज फाइल है उन्ना टाइम कुछ ना कुछ सीखो। मेरिया 100 चो 70 वीडियो मैं यही डिस्क्राइब किया, मैसेज चाहे कुछ करे उन्हों का पार्ट है बच्चे उन्होंने करना, तुहाडे लई बैटर की है वो थोनू पता, तुहाडे पेरेंट्स नू पता, तुहाडा विजन थोनू पता, तुहाडे माइंड किसी नू नहीं पता है। इतने उन्ना टाइम सीखो, कुछ चीज़ा करो, बट इस चीज़ की स्ट्रैस ना लो भी, एक झूठी उम्मीदा के सहारे ना जियो। कोई आके कुछ कह दे यूट्यूब पर, कोई कुछ कह दे, ठीक है चीज़ा हो गई ने, मैं नहीं नाम लाऊंगा, मैं फिर पंगे च नहीं पैना चाहता भी फिर उत्थे ये चीज़ कहते जी असं उदा चल पे जी, कदम कैनेडा बंद हो गया जी, आस्ट्रेलिया ओपन हो गया जी, हूँ यूके हो गया, की चीज़ा हो गई, वो चीज़ा हो गई। तो थोड़ा जहा अपने ध्यान में चलो, एम्बेसी ने जो चीज़ की तुम रिलैक्स होकर उसकी वेट कर सकते, होर तुम कुछ भी नहीं कर सकते। वैब फॉर्म रेज करके अपडेट कर दो, बट तुम इस चीज़ तो सही हो, थोड़े इस मिसटेक नहीं हो सकती। मिसटेक हैगी एम्बेसी की, 100% एम्बेसी की मिसटेक है, बट सहना अपन की करना पेगा, 3 तो 4 महीने अपने एक्सट्रा रुके, उस तो बाद कॉलेज रैफर करी जाओ, कॉलेज की PPR पॉलिसी है। मतलब ऑल इन ऑल आप कह दिए भी थोड़ू इतों पूरा तैयार करके भेजा जाता थोड़ा मैंटल लैवल, बट मैंटल लैवल बचो इन्ना ज़्यादा भी ना थोड़ा मतलब पचीसिया जाए पसीजिया जाए भी, जिस करके भी थोड़ू उत्तर जाना वह सक्सैस का स्वाद ना आए। इस करके हौसला रखो, हिम्मत रखो, ये औखा टाइम है, एक मिनट से चला जाऊगा, सारी उम्र थोड़ी मौजूदी है, इससे तुम अगर हिम्मत रखे सारी उम्र नज़ारे जिंदगी दे, ठीक है जी। नैक्सट वीडियो बच्चे होर टॉपिक पर गल करेंगे, टिल दैन टेक केयर, गुड बाय, रब रखा।